ਪ੍ਰਾਈਮਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੇ ਮੈਂ ਹਾਂ ਨਵਜੀਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਦੇਸ਼ ਵਿੱਚ ਕਰੋਨਾ ਦੇ ਤਾਜ਼ਾ ਹਾਲਾਤ ਕੀ ਨੇ ਇਹਦੇ ਉੱਪਰ ਵੀ ਚਰਚਾ ਕਰਾਂਗੇ ਉਸ ਤੋਂ ਬਾਅਦ ਆਕਸੀਜਨ ਨੂੰ ਲੈ ਕੇ ਕਈ ਤਰ੍ਹਾਂ ਦੀ ਸਿਆਸਤ ਤੇ ਛਿੜ ਗਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗਾਇਬ ਹੋਏ ਸੀਗੇ ਉਸ ਮਾਮਲੇ ਉੱਪਰ ਵੀ ਅਸੀਂ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਕਨ ਸਭ ਆਕਸੀਜਨ ਦੀ ਸਿਆਸਤ ਨੂੰ ਆਕਸੀਜਨ ਨੂੰ ਲੈ ਕੇ ਬੜੀ ਤਰ੍ਹਾਂ ਦੀ ਸਿਆਸਤ ਸ਼ੁਰੂ ਹੋ ਚੁੱਕੀ ਆਪਾਂ ਦੇਖਿਆ ਹੁਣ ਕਿਸਾਨਾਂ ਤੇ ਵੀ ਦੋਸ਼ ਲੱਗਦੇ ਆ ਕਿ ਉਹਨਾਂ ਨੇ ਸਪਲਾਈ ਦੇ ਵਿੱਚ ਵਿਗਨ ਪਾਇਆ ਕਿੰਨੀ ਕਿ ਸਚਾਈ ਹੈ ਇਹਦੇ ਵਿੱਚ ਇਹ ਜਿੱਦਾਂ ਦਾ ਦੇਸ਼ ਆ ਜੀ ਇਹਦੇ ਵਿੱਚ ਜਿਹੜਾ ਕੋਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਨਹੀਂ ਚਾਹੁੰਦਾ ਹੂੰ ਜਨ ਨਿਭਾ ਨਹੀਂ ਸਕਦਾ ਉਹ ਦੂਸਰਿਆਂ ਉੱਤੇ ਉਂਗਲ ਉਠਾਉਣ ਲੱਗ ਪਿੰਦਾ ਜੀ ਹਰਿਆਣੇ ਦੇ ਮੁੱਖ ਮੰਤਰੀ ਉਥੇ ਸਿਹਤ ਮੰਤਰੀ ਅਨਿਲ ਵੇਜ ਨੇ ਦਿੱਲੀ ਸਰਕਾਰ ਤੇ ਕਹਿ ਦਿੱਤਾ ਸੀ ਇਹਨਾਂ ਨੇ ਸਾਡੇ ਗੈਸ ਦੇ ਟੈਂਕਰ ਲੁੱਟ ਲਿਆ ਜੀ ਸਰਕਾਰਾਂ ਗੈਸ ਦੇ ਟੈਂਕਰ ਲੁੱਟਦੀਆਂ ਹੁੰਦੀਆਂ ਹੁਣ ਇਸੇ ਤਰ੍ਹਾਂ ਦਾ ਦੋਸ਼ ਕਿ ਕਿੱਥੇ ਲੱਗ ਗਿਆ ਜੀ ਕਿਸਾਨ ਜਿਹੜੇ ਆ ਉਹ ਗੈਸ ਦੀ ਸਪਲਾਈ ਨਹੀਂ ਲੰਘਣ ਦਿੰਦੇ ਹੂੰ ਜੀ ਕਿਸਾਨਾਂ ਵੱਲੋਂ ਰਿਕਵੈਸਟ ਕਰਦੇ ਆ ਆਖਿਆ ਕਹਿੰਦਾ ਜੀ ਅਸੀਂ ਖੁੱਲ੍ਹ ਕੇ ਆਖਿਆ ਕਿ ਗੈਸ ਦੀ ਸਪਲਾਈ ਜਾਣ ਦਿਓ ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਰਿਕਾਪਟ ਨਹੀਂ ਪਾਈ ਜਾਵੇਗੀ ਜੀ ਮੇਰੇ ਕੋਲ ਵੀਡੀਓ ਨੇ ਕਿਸਾਨਾਂ ਨੇ ਭੇਜੀਆਂ ਕਿ ਸਿੱਧਾ ਹਾਈਵੇ ਖਾਲੀ ਹੋਣ ਦੇ ਬਾਵਜੂਦ ਪੁਲਿਸ ਵਾਲਿਆਂ ਨੇ ਟੈਂਕਰ ਦੂਸਰੇ ਪਾਸੇ ਨੂੰ ਮੋੜ ਦਿੱਤੇ ਹੂੰ 3-4 ਕਿਲੋਮੀਟਰ ਦਾ ਗੇੜਾ ਕੱਢ ਕੇ ਤੇ ਕਿਸਾਨਾਂ ਦੇ ਕੈਂਪੂਜ ਦੀ ਕਮਾ ਕੇ ਲਿਆਂਦੇ ਤੇ ਆਖਾ ਜੀ ਆਉਣੇ ਤਾਂ ਸਿੱਧੇ ਸੀ ਕਿਸਾਨਾਂ ਨੇ ਰੋਕੇ ਹੂੰ ਉਹ ਕਹਿੰਦੇ ਜੀ ਆਹ ਸਿੱਧਾ ਰੂਟ ਜੇ ਆਹ ਉਤੋਂ ਦੀ ਕਮਾ ਕੇ ਲਿਆਂਦਾ ਦੱਸੋ ਕਿਹਨੇ ਰੋਕੇ ਕੌਣ ਰੋਕ ਰਿਹਾ ਜੀ ਇਹ ਜਾਣਬੁੱਝ ਕੇ ਇਸ ਤਰ੍ਹਾਂ ਕੀਤਾ ਜਾ ਰਿਹਾ ਅੱਗੇ 26 ਜਨਵਰੀ ਨੂੰ ਤੇ ਇਹੋ ਹੋਇਆ ਸੀ ਅਜੇ ਤੱਕ ਦੋਸ਼ ਲੱਗਦਾ ਔਰ ਜ਼ਿੰਮੇਵਾਰ ਬੰਦੇ ਲਾਉਂਦੇ ਆ ਕਿ ਮਿੱਥੇ ਰੂਟ ਤੇ ਅਸੀਂ ਜਾਂਦੇ ਪੈ ਸੀ ਤੇ ਉੱਥੇ ਖੜੇ ਇੱਕ ਆਈਜੀ ਨੇ ਆਖਿਆ ਇੱਧਰ ਨਹੀਂ ਜਾਣਾ ਉੱਧਰ ਜਾਣਾ ਤੇ ਅਸੀਂ ਉਹਦੇ ਨਾਲ ਲੜਦੇ ਰਹੇ ਕਿ ਸਾਨੂੰ ਪਤਾ ਸੜਕ ਕਿਹੜੀ ਆ ਤੁਸਾਨੂੰ ਗਲਤ ਪਾਸੇ ਮੋੜਦਾ ਹੁਣ ਤੱਕ ਸਰਕਾਰ ਇਹ ਮੰਨੀ ਨਹੀਂ ਉਹ ਬੰਦੇ ਜਿਹੜੇ ਬਗੀਆਂ ਦਾੜ੍ਹੀਆਂ ਵਾਲੇ ਨੇ ਸਾਰੀ ਸਾਰੀ ਉਮਰ ਜਿੰਨਾ ਕਿਸਾਨਾਂ ਦੀ ਲੀਡਰੀ ਕੀਤੀ ਆ ਉਹ ਝੂਠ ਬੋਲਦੇ ਆ ਤੁਹਾਡਾ ਆਈਜੀ ਸੱਚਾ ਉਹ ਤੋਂ ਘੇਰ-ਘੇਰ ਕੇ ਲੋਕਾਂ ਨੂੰ ਉਸ ਪਾਸੇ ਨੂੰ ਮੋੜਿਆ ਗਿਆ ਜੈਦੇ ਸੀ ਕਿ ਗਲਤ ਰਸਤੇ ਜਾਂਦੇਆਂ ਨੂੰ ਸਿੱਧੇ ਕਰ ਦੇ ਪਰ ਉਹਨਾਂ ਨੂੰ ਉਲਟੇ ਪਾਸੇ ਆਪ ਮੋੜਿਆ ਗਿਆ ਹੁਣ ਇਸ ਵੇਲੇ ਗੈਸ ਦੇ ਟੈਂਕਰਾਂ ਨੂੰ ਗਲਤ ਪਾਸੇ ਤੋਰ ਕੇ ਤੇ ਕਿਸਾਨਾਂ ਦੀ ਬਦਨਾਮੀ ਕਰੋ ਇਹ ਤਰੀਕਾ ਠੀਕ ਨਹੀਂਗਾ ਕਿਸਾਨਾਂ ਨੇ ਕੱਲ ਬੜਾ ਸਾਫ਼ ਕਹਿ ਦਿੱਤਾ ਕਿ ਗੈਸ ਦੀ ਸਪਲਾਈ ਐਂਬੂਲੈਂਸਾਂ ਐਮਰਜੈਂਸੀ ਸਰਵਿਸ ਜਿਹੜੀ ਆ ਇਹਨੂੰ ਅਸੀਂ ਹਾਈਵੇ ਦੇ ਉੱਤੇ ਵੀ ਇੱਕ ਪਾਸੇ ਤੋਂ ਜਿੱਥੇ ਅਸੀਂ ਰਸਤੇ ਰੋਕੇ ਆ ਉੱਥੋਂ ਵੀ ਅਸੀਂ ਜਾਵ ਇੱਕ ਪਾਸੇ ਤੋਂ ਖੋਲ ਕੇ ਐਮਰਜੈਂਸੀ ਸੇਵਾ ਜਿੰਨੀ ਆ ਬੁੱਲੰਗਾਵਾਂਗੇ ਸਾਡੇ ਵੱਲੋਂ ਕੋਈ ਰਿਕਾਪਟ ਨਹੀਂ ਪਵੇਗੀ ਉਹਨਾਂ ਤੇ ਇੱਥੋਂ ਤੱਕ ਕਹਿਤਾ ਤੁਸੀਂ ਪ੍ਰਬੰਧ ਤਾਂ ਕਰੋ ਆਪਣੀਆਂ ਟੀਮਾਂ ਭੇਜੋ ਸਿਹਤ ਵਿਭਾਗ ਦੀਆਂ ਅਸੀਂ ਇੱਥੇ ਕਿਸਾਨਾਂ ਦੇ ਕੈਂਪ ਦੇ ਵਿੱਚ ਵੈਕਸੀਨੇਸ਼ਨ ਕਰਾਉਣ ਨੂੰ ਤਿਆਰ ਆਂ ਤਾਂ ਕਿ ਬਿਮਾਰੀ ਹੋਰ ਨਾ ਫੈਲੇ ਤੁਹਾਨੂੰ ਜਿਆਦਾ ਚਿੰਤਾ ਸਾਨੂੰ ਆਪਣੇ ਕਿਸਾਨਾਂ ਦੀ ਚਿੰਤਾ ਨਹੀਂ ਅਸੀਂ ਤੇ ਆਪ ਕਹਿੰਨੇ ਆ ਲਿਆਓ ਤੁਸੀਂ ਲਿਆਉਂਦੇ ਕਿਉਂ ਨਹੀਂ ਹੁਣ ਕੱਲ ਹਰਿਆਣੇ ਦੇ ਇੱਕ ਮੰਤਰੀ ਦਾ ਬਿਆਨ ਆਇਆ ਕਿ ਜੇ ਕਿਸਾਨ ਸਹਿਮਤ ਨੇ ਤੇ ਅਸੀਂ ਉੱਥੇ ਵੀ ਵੈਕਸੀਨੇਸ਼ਨ ਕਰਨ ਵਾਸਤੇ ਪ੍ਰਬੰਧ ਕਰ ਸਕਦੇ ਆਂ ਪ੍ਰਬੰਧ ਪਹਿਲਾਂ ਕਿਉਂ ਨਾ ਕੀਤੇ ਗਏ ਕਿ ਕਿਸਾਨਾਂ ਦੀਆਂ ਚੀਕਾਂ ਘਟਾਉਣ ਦਾ ਰੱਦਦਾ ਸੀ ਇਹ ਜਿਹੜੀ ਨੀਤੀ ਹੈ ਇਹ ਮਾੜੀ ਨੀਤੀ ਹੈ ਇਹਨੂੰ ਛੱਡ ਕੇ ਗੱਲ ਕਰਨੀ ਚਾਹੀਦੀ ਜੀ ਪੰਡਤ ਸਾਹਿਬ ਜਦੋਂ ਦੇਸ਼ ਜਾਂ ਫਿਰ ਕਿਸੇ ਥਾਂ ਦੇ ਉੱਪਰ ਧਰਨਾ ਦਿੱਤਾ ਜਾਂਦਾ ਹੈ ਉਦੋਂ ਵੀ ਆਪਾਂ ਦੇਖਿਆ ਕਈ ਥਾਵਾਂ ਤੇ ਐਮਰਜੈਂਸੀ ਸੇਵਾਵਾਂ ਨੂੰ ਰੋਕਿਆ ਨਹੀਂ ਜਾਂਦਾ ਆਮ ਤੌਰ ਤੇ ਨਹੀਂ ਰੁਕਿਆ ਜਾਂਦਾ ਕਦੇ-ਕਦੇ ਕੋਈ ਮੂਰਖ ਰੋਕਦਾ ਵੀ ਆ ਪਰ ਇੱਥੇ ਸਿਆਣੇ ਜ਼ਿੰਮੇਵਾਰ ਲੋਕ ਨੇ ਉੱਥੇ ਬੈਠੇ ਹੋ ਕਹਿੰਦੇ ਅਸੀਂ ਇੱਕ ਦਿਨ ਵੀ ਨਹੀਂ ਰੁਕੀ ਬਿਲਕੁਲ ਨਾਲ ਹੀ ਖਬਰ ਆਪਾਂ ਕਰੋਨਾ ਵਾਇਰਸ ਨੂੰ ਲੈ ਕੇ ਵੀ ਕਰ ਲੈਣੇ ਨੇ ਦੇਸ਼ ਤੇ ਕਿਸ ਤਰ੍ਹਾਂ ਦੇ ਤਾਜ਼ਾ ਹਾਲਾਤ ਨੇ ਕਿਉਂਕਿ ਹੁਣ ਫੇਰ ਦੇਖ ਲਗਾਤਾਰ ਵਧੀ ਜਾ ਰਹੀ ਹੈ ਸਾਰੀ ਦੁਨੀਆ ਚ ਵਧੀ ਜਾ ਰਹੀ ਹੈ ਪਰ ਭਾਰਤੂਤ ਜਿਆਦਾ ਵਧੀ ਜਾ ਰਹੀ ਜੀ ਕੱਲ ਦੀ ਤਰੀਕ ਦੇ ਜਿਹੜੇ ਅੰਕੜੇ ਆ ਸਾਰੀ ਦੁਨੀਆ ਚ 22 April ਦੇ ਦਿਨ 886000 ਕੇਸ ਆਏ ਤੇ ਉਹਨਾਂ ਚੋਂ 316000 ਕੇਸ ਇਕੱਲੇ ਭਾਰਤ ਦੇ ਚ ਜੀ ਇਹ 34.5% ਬਣਦਾ ਦੁਨੀਆ ਦੇ ਕੇਸ ਇੱਕ ਦਿਨ ਦੇ ਜਿੰਨੇ ਆ 886000 ਹੂੰ ਜੋ ਚੋ 34% ਕੱਲੇ ਭਾਰਤ ਵਿੱਚ ਹੋਣ। ਇਹਦਾ ਮਤਲਬ ਕੀ ਹੈ? ਦੂਜੀ ਗੱਲ 22 ਅਪ੍ਰੈਲ ਦੇ ਦਿਨ ਸਾਰੀ ਦੁਨੀਆ ਦੇ ਵਿੱਚ 13523 ਮੌਤਾਂ ਹੋਈਆਂ। ਜੀ। ਇਹ ਕੱਲੇ ਭਾਰਤ ਦੇ ਵਿੱਚ 2104 ਹੋਈਆਂ। ਜਿਹੜੀਆਂ ਮੌਤਾਂ ਨੇ ਇਹ 15% ਬਣਦੀਆਂ ਨੇ। ਹਮ। ਮੈਂ ਅੱਜ ਸਵਿਰਦਾ ਮਤਾਂ ਮਾਰਦੇ। ਤੁਸੀਂ ਮੇਰੀ ਮਾਨਸਿਕਤਾ ਸਮਝੋ ਕਿ ਵਿਦੇਸ਼ ਤੋਂ ਇੱਕ ਪੱਤਰਕਾਰ ਦੋਸਤ ਨੇ ਜੀ। ਕਿਸੇ ਬਹੁਤ ਜ਼ਰੂਰੀ ਕੰਮ ਲਈ ਤੜਕੇ ਮੈਨੂੰ ਫੋਨ ਕੀਤਾ 140 ਤੇ ਹੂੰ ਮੈਂ ਉੱਠਿਆ ਉਹਦੀ ਗੱਲ ਸੁਣ ਕੇ ਜਦੋਂ ਜਾ ਕੇ ਕੋਸਾ ਪਾਣੀ ਪੀ ਕੇ ਗਲਾ ਸਾਫ਼ ਕੀਤਾ ਤੇ ਫਿਰ ਮੈਂ WhatsApp ਮੈਸੇਜ ਵੇਖਣ ਲੱਗ ਪਿਆ ਵੇਖਦਾਂ ਜਿਹੜੀ ਪਹਿਲੀ ਮੇਰੇ ਸਾਹਮਣੇ ਵੀਡੀਓ ਪਈ ਜੀ ਉਹ ਦਿੱਲੀ ਤੋਂ ਕਿਸੇ ਸੱਜਣ ਨੇ ਭੇਜੀ ਇੱਕ ਸ਼ਮਸ਼ਾਨ ਘਾਟ ਦੀ ਜਿਹੜਾ ਸ਼ਮਸ਼ਾਨ ਘਾਟ ਦਿੱਲੀ ਦਾ ਨਹੀਂ ਦਿੱਲੀ ਦੇ ਨੇੜਲੇ ਉੱਤਰ ਪ੍ਰਦੇਸ਼ ਦੇ ਇੱਕ ਸ਼ਹਿਰ ਦਾ ਕਿ ਉੱਥੇ ਇੱਕ ਇੱਕ ਸਿਵੇ ਦੇ ਵਿੱਚ 10-10 12-12 ਲਾਸ਼ਾਂ ਸੜੀਆਂ ਜਾ ਰਹੀਆਂ ਨੇ ਜੀ ਜਿਹੜੇ ਬੰਦੇ ਨੂੰ ਤੜਕੇ ਉੱਠ ਕੇ 1:50 ਮਿੰਟ ਤੇ ਇਹੋ ਜਿਹੀ ਵੀਡੀਓ ਵੇਖਣੀ ਪਵੇ ਬੜਦੇ ਸਿਵੇ ਵੇਖਣੇ ਪੈਣ ਸੰਸਾਰ ਪੱਧਰ ਦੀ ਏਜੰਸੀ ਆ ਰਾਈਟਰਸ ਉਹਨਾਂ ਨੇ ਅੱਜ ਦਿੱਲੀ ਦੇ ਤੇ ਹੋਰ ਥਾਵਾਂ ਦੇ ਸਿਵਿਆਂ ਦੀਆਂ ਡਰੋਨ ਨਾਲ ਫੋਟੋ ਖਿੱਚੀਆਂ ਨੇ ਜੀ ਜਿੰਨੇ ਜਿੰਨੇ ਖੱਡੇ ਜਿੰਨੇ ਜਿੰਨੇ ਸਲਾਟ ਬਣਾਏਗਾ ਸਨ ਉਹਨਾਂ ਸਾਰਿਆਂ ਦੇ ਉੱਤੇ ਵੀ ਸਿਵੇ ਵੱੜਦੇ ਪਏ ਆਸ-ਪਾਸੇ ਕੱਚਾ ਥਾਵਾਂ ਵਿੱਚ ਰਹਿ ਗਿਆ ਜਿੰਨੇ ਸਲਾਟ ਬਣਾਏ ਆ ਉਹਦੇ ਨਾਲ ਉਹ 10 ਗੁਣਾ ਜਿਹੜੇ ਉੱਥੇ ਸਿਵੇ ਵੱਢ ਰਹੇ ਆ ਕੱਚੀਆਂ ਥਾਵਾਂ ਤੇ ਸਿਵਿਆਂ ਦੇ ਵਿਚਾਲੇ ਰੱਖ-ਰੱਖ ਕੇ ਲੱਕੜਾਂ ਤੇ ਔਖੇ ਹੋ ਕੇ ਉੱਥੇ ਸਿਵੇ ਬਾਲੇ ਜਾ ਗਏ ਅੱਜ ਹੀ ਦਿੱਲੀ ਦੀ ਰਿਪੋਰਟ ਭਾਰਤ ਦੇ ਇੱਕ ਉਸ ਚੈਨਲ ਨੇ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦਾ ਬੜਾ ਸ਼ੁਭਚਿੰਤਕ ਗਿਣਿਆ ਜਾਂਦਾ ਜੀ ਉਹਨਾਂ ਨੇ ਰਿਪੋਰਟ ਦਿੱਤੀ ਹੈ ਕਿ ਦਿੱਲੀ ਦੀ ਗੀਤਾ ਕਲੋਨੀ ਦੇ ਵਿੱਚ ਉੱਥੇ ਉਹ ਕਹਿੰਦੇ ਜੀ 29 ਸਲਾਟ ਨੇ 29 ਖੱਡੇ ਨੇ ਜਿੱਥੇ ਸੇਵਾ ਕੀਤੀ ਮਰਬਾਲੇ ਜਾ ਸਕਦੇ ਪਰ ਲਾਸ਼ਾਂ ਉਹਦੇ ਤੋਂ ਡਬਲ ਆ ਗਈਆਂ ਨੇ ਹੁਣ 29 ਜਿੱਥੇ ਨੇ ਡਬਲ ਲਾਸ਼ਾਂ ਆ ਗਈਆਂ ਡਬਲ ਦਾ ਮਤਲਬ ਕਿ 55 60 ਦੇ ਦਰਮਿਆਨ ਆ ਗਈਆਂ ਹੋਣਗੀਆਂ ਬਿਲਕੁਲ ਉਹ ਕਹਿੰਦੇ ਹਾਰਕੇ ਸ਼ਮਸ਼ਾਨ ਘਾਟ ਦੇ ਗੇਟ ਬੰਦ ਕਰ ਦਿੱਤੇ ਗਏ ਜੀ ਹੁਣ ਨਹੀਂ ਰੱਖ ਸਕਦੇ ਅਸੀਂ ਕਰ ਹੀ ਨਹੀਂ ਸਕਦੇ ਕੁਝ ਇਹ ਜਿਹੜੀ ਤਬਾਈ ਮੱਚੀ ਪਈ ਆ ਸਾਰਿਆਂ ਪਾਸਿਆਂ ਤੋਂ ਅਸੀਂ ਅਜੇ ਤੱਕ ਕਹਿੰਦੇ ਸੀ ਕਰੋਨਾ ਵਾਇਰਸ ਹੂੰ ਫਿਰ ਕਰੋਨਾ ਵਾਇਰਸ ਤੋਂ ਪਤਾ ਲੱਗਾ ਕਿ ਇੱਕ ਯੂਕੇ ਸਟ੍ਰੇਨ ਆ ਗਿਆ ਜੀ ਯੂਕੇ ਸਟ੍ਰੇਨ ਤੋਂ ਬਾਅਦ ਲੋਕਾਂ ਨੂੰ ਅਜੇ ਤੱਕ ਬਹੁਤ ਐਨ ਵੀ ਨਹੀਂ ਪਤਾ ਕਿ ਇੱਕ ਨਵਾਂ ਸਟ੍ਰੇਨ ਹੈ ਜਿਹਦਾ ਨਾਮ ਇੰਡੀਆ ਮਿਊਟੈਂਟ ਆ ਆ ਇੰਗਲੈਂਡ ਵੱਲੋਂ ਨੇ ਸਾਡੀਆਂ ਫਲਾਈਟਾਂ ਇਸ ਕਰਕੇ ਬੰਦ ਕੀਤੀਆਂ ਕਿ ਉਹਨਾਂ ਨੂੰ ਪਤਾ ਲੱਗਾ ਕਿ ਇੰਡੀਆ ਮਿਊਟੈਂਟ ਪੈਦਾ ਹੋ ਗਿਆ ਜਿਹੜਾ ਯੂਕੇ ਸਟ੍ਰੇਨ ਨਾਲੋਂ ਵੀ ਜ਼ਿਆਦਾ ਖਤਰਨਾਕ ਜੀ ਤੇ ਪਰਸੋਂ ਦੀ ਇੱਕ ਏਜੰਸੀ ਨੇ ਖਬਰ ਦਿੱਤੀ ਹੈ ਨਿਊਜ਼ ਏਜੰਸੀ ਨੇ ਉਹ ਕਹਿੰਦੇ ਜੀ ਇੰਡੀਆ ਮਿਊਟੈਂਟ ਨਹੀਂ ਡਬਲ 뮤ਟੈਂਟ ਹੋ ਗਿਆ ਤੇ ਉਹਦੇ ਤੋਂ ਬਾਅਦ ਇੱਕ ਹੋਰ ਨਿਊਜ਼ ਮੈਗਜ਼ੀਨ ਨੇ ਪਰਸੋਂ ਹੀ ਸ਼ਾਮ ਨੂੰ ਇਹ ਖਬਰ ਦਿੱਤੀ ਆ ਨਿਜੀ ਟ੍ਰਿਪਲ 뮤ਟੈਂਟ ਹੋ ਗਿਆ ਜੀ 뮤ਟੈਂਟ ਦਾ ਮਤਲਬ ਕੀ ਆ ਜਿੰਨਾ ਪਹਿਲਾਂ ਸੀ ਉਹਦੇ ਨਾਲ ਡਬਲ ਹੋ ਗਿਆ ਔਰ ਡਬਲ ਤੋਂ ਵੀ ਘਾ ਟ੍ਰਿਪਲ ਹੋ ਗਿਆ ਹਮ ਟ੍ਰਿਪਲ 뮤ਟੈਂਟ ਹੋਂ ਤੱਕ ਸਾਡੀ ਸਰਕਾਰ ਦੇ ਹੱਥੇ ਹੱਤ ਧਰ ਕੇ ਬੈਠੀ ਜਾਪਦੀ ਆ ਜੀ ਪਰਸੋਂ ਤੱਕ ਪ੍ਰਧਾਨ ਮੰਤਰੀ ਸਾਹਿਬ ਦਿੱਲੀ ਵਿੱਚ ਨਹੀਂ ਸੰਲਪਤ ਪੱਛਮੀ ਕਾਚ ਲਵਦੇ ਸੇ ਹਮ ਕੱਲ ਆ ਕੇ ਮੀਟਿੰਗਾਂ ਕੀਤੀਆਂ ਔਰ ਇਹ ਆਖਿਆ ਕਿ ਨੈਸ਼ਨਲ ਐਮਰਜੈਂਸੀ ਵਾਲੀ ਹਾਲਤ ਹੈ ਇਹ ਨੈਸ਼ਨਲ ਐਮਰਜੈਂਸੀ ਦੀ ਹਾਲਤ ਰਾਤੋਂ ਰਾਤ ਵੜੀ ਜੀ ਪਿਛਲੇ ਸਾਲ 20 ਮਾਰਚ ਨੂੰ ਆਖਿਆ ਕਿ ਮੈਂ 22 ਮਾਰਚ ਨੂੰ ਸਾਰੇ ਦੇਸ਼ ਵਿੱਚ ਕਰੋਨਾ ਕਰਫਿਊ ਸਿੰਬੋਲਿਕ ਕਰਫਿਊ ਦੀ ਬੇਨਤੀ ਕਰਦਾ ਹਮ ਇਹ 20 ਮਾਰਚ ਨੂੰ ਹਾਲਾਤ ਰਾਤੋਂ ਰਾਤ ਬਣੇ ਸਨ ਜਦੋਂ ਡੋਰਨ ਟਰੰਪ ਨੂੰ ਸੱਦ ਕੇ ਉਹਦੇ ਸਾਰੇ ਟੱਬਰ ਨੂੰ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਮਜਮਾ ਲਾਇਆ ਸੀ 1 ਲੱਖ ਲੋਕਾਂ ਦਾ ਜੀ ਉਦੋਂ ਨੇ ਸੀ ਪਤਾ ਕਿ ਚੀਨ ਦੇ ਬੁਹਾਨ ਤੋਂ ਸ਼ੁਰੂ ਹੋ ਕੇ ਬਿਮਾਰੀ ਅਮਰੀਕਾ ਤੱਕ ਵੀ ਫੈਲ ਗਈ ਹੈ ਭਾਰਤ ਵਿੱਚ ਵੀ ਆ ਗਈ ਹੂੰ ਭਾਰਤ ਵਿੱਚ ਪਹਿਲੇ ਕੇਸ ਤਾਂ ਫਰਵਰੀ ਤੋਂ ਚਾ ਆ ਚੁੱਕੇ ਸਨ ਬਿਲਕੁਲ ਇਹ 20 ਮਾਰਚ ਤੱਕ ਢੀਕਾ ਕਿਉਂ ਗਿਆ ਇਸ ਕਰਕੇ ਕਿ ਕੇ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਢਾ ਲੀਏ ਇਹ ਸਾਰਾ ਕੁਝ ਜੋ ਹੋਇਆ ਸੀ ਹੱਥਾਂ ਦੀਆਂ ਦਿੱਤੀਆਂ ਗੰਢਾਂ ਕਈ ਵਾਰ ਫਿਰ ਮੂੰਹ ਨਾਲ ਵੀ ਨਹੀਂ ਖੁੱਲਦੀਆਂ ਜੀ ਅਸੀਂ ਇਹਨਾਂ ਨੁਕਸਾਨ ਕਰ ਚੁੱਕੇ ਹਾਂ ਅੱਜ ਦੀ ਤਰੀਕ ਵਿੱਚ ਵੀ ਰਾਜਨੀਤੀ ਖੜਾ ਨਹੀਂ ਛੱਡਦੀ। ਰਾਹੁਲ ਗਾਂਧੀ ਬਿਆਨ ਦਿੰਦਾ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਦੇਈ ਜਾਂਦਾ, ਰੋਜ਼ ਉਹਦੇ ਬਿਆਨ ਦੇਣੇ। ਸਿਰਫ ਸਰਕਾਰ ਦੇ ਖਿਲਾਫ ਹੀ ਬਿਆਨ ਦੇਣੇ। ਹੂੰ। ਉਹ ਕੋ ਬਹੁਤਾ ਚੰਗਾ ਫਾਇਦਾ ਨਹੀਂ ਕਰ ਰਿਹਾ। ਉਹਨੂੰ ਚਾਹੀਦਾ ਜਿੱਥੇ-ਜਿੱਥੇ ਕਾਂਗਰਸੀ ਸਰਕਾਰਾਂ ਨੇ ਜੀ ਸਾਡੇ ਪੰਜਾਬ ਦੀ ਸਰਕਾਰ ਹੈ, Rajasthan ਦੀ ਸਰਕਾਰ ਹੈ। Chhattisgarh ਦੀ ਸਰਕਾਰ ਹੈ। ਇਹਨਾਂ ਦੀ ਹਮਾਇਤ ਵਾਲੇ ਝਾਰਖੰਡ 'ਚ। ਇਹਨਾਂ ਸਰਕਾਰਾਂ ਨੂੰ ਖਿੱਚਣ ਕਿ ਤੁਸੀਂ ਕਰੋ। ਮਹਾਰਾਸ਼ਟਰ ਦੀ ਸਰਕਾਰ ਚ ਕਾਂਗਰਸ ਸੰਭਲਿਆ ਜੀ ਉਹਨਾਂ ਨੇ ਕਹਿਣ ਆ ਕਰੋ ਕਿ ਉਹਦੇ ਬਾਰੇ ਰਾਹੁਲ ਗਾਂਧੀ ਨੇ ਕੋਈ ਸੇਧ ਦੇਣ ਦਾ ਯਤਨ ਕੀਤਾ ਕਿਸੇ ਨੇ ਕੋਈ ਯਤਨ ਨਹੀਂ ਕੀਤਾ ਪਰसों ਪ੍ਰਧਾਨ ਮੰਤਰੀ ਦਿੱਲੀ ਆ ਕੇ ਬੈਠਾ ਉਹਦੇ ਤੋਂ ਸਿਰਫ ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਦਿੱਲੀ ਆ ਕੇ ਬੈਠਾ ਨਹੀਂ ਤੇ ਇਹ ਵੀ ਤੇ ਬੰਗਾਲ ਚ ਫਿਰਦਾ ਸੀ ਜੀ ਕਿ ਬੰਗਾਲ ਜੇ ਉਹ ਦਿਨ ਤੱਕ ਇਹਨਾਂ ਨੂੰ ਅਚਾਨਕ ਪਤਾ ਲੱਗਾ ਕਿ ਬੜੀ ਹਾਲਤ ਵਿਗੜ ਗਈ ਆ ਉਹ ਤਾਂ ਪਹਿਲੇ 10 ਦਿਨ ਕਿਉਂ ਨਾ ਪਤਾ ਲੱਗਾ ਜਦੋਂ ਸਾਰੀ ਦੁਨੀਆ ਕਹਿਣ ਦੀ ਸੀ ਭਾਰਤ ਵਿੱਚ ਹਾਲਾਤ ਵਿਗੜਦੇ ਪਏ ਉਹਨੂੰ ਹੀ ਪਤਾ ਲੱਗਦਾ ਅੱਜ ਉਹਨਾਂ ਪ੍ਰਧਾਨ ਮੰਤਰੀ ਨੇ ਮੀਟਿੰਗ ਸੱਦੀ ਹੈ ਮੁੱਖ ਮੰਤਰੀਆਂ ਦੀ ਮੀਟਿੰਗ ਹੈ ਵਰਚੁਅਲ ਮੀਟਿੰਗ ਹੈ ਜਿਹੜੀ ਦੇ ਮੁੱਖ ਮੰਤਰੀ ਨੂੰ ਆਮ ਤੌਰ ਤੇ ਲੋਕੀ ਇਹ ਸਮਝਦੀ ਹੈ ਕੋਈ ਚੰਗਾ ਜੀ ਉਹਨੇ ਆਪਣਾ ਭਾਸ਼ਣ ਲਾਈਵ ਕਰ ਦਿੱਤਾ ਸਾਰੇ ਆਖਿਆ ਰਾਜਨੀਤੀ ਕੀਤੀ ਹੈ ਜਦੋਂ ਬਾਕੀ ਨਹੀਂ ਕਰ ਰਹੇ ਤੇ ਉਹਨੇ ਕਿਉਂ ਕੀਤਾ ਮੀਟਿੰਗ ਨੂੰ ਮੀਟਿੰਗ ਰਹਿਣ ਦਿਓ ਜੇ ਤੁਸੀਂ ਮੀਟਿੰਗਾਂ ਲਾਈਵ ਕਰਨਾ ਪੋਗੇ ਤੇ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਅਸਲ 'ਚ ਏਜੰਡੇ ਤੇ ਗੱਲ ਨਹੀਂ ਕਰ ਰਹੇ ਬਿਲਕੁਲ ਤੁਸੀਂ ਰਾਜਨੀਤੀ ਦੀ ਗੱਲ ਕਰਦੇ ਪੈ ਐਸਮੋ ਕੰਨੀ ਸੀ ਕਰਨੀ ਚਾਹੀਦੀ ਪਰ ਪ੍ਰਧਾਨ ਮੰਤਰੀ ਸਾਹਿਬ ਜੋ ਕਰਦੇ ਪਏ ਉਹਨਾਂ ਨੇ ਵੀ ਪਰਸੋਂ ਤੱਕ ਜਿਹੜਾ 에어 ਇੰਡੀਆ ਵਨ ਦੀਆਂ ਉਡਾਰੀਆਂ ਲਾਈਆਂ ਨਜਾਇਜ਼ ਦੀਆਂ ਜੀ ਪਛਮੀ ਵਿਗਾਰ ਵਿੱਚ ਘੁੰਮਦੇ ਰਹੇ ਨੇ ਦਿੱਲੀ ਦਾ ਸਾਰੇ ਦੇਸ਼ ਦਾ ਚੇਤਾ ਪਲਾ ਛੱਡਿਆ ਆਪਣੇ ਗੁਜਰਾਤ ਦਾ ਚੇਤਾ ਪਲਾ ਛੱਡਿਆ ਜਿੱਥੇ ਗੁਜਰਾਤ ਦੇ ਸਭ ਤੋਂ ਵੱਡੇ ਸ਼ਹਿਰ ਅਹਮਦਾਬਾਦ ਦੇ ਬਾਹਰ 50 ਐਂਬੂਲੈਂਸਾਂ ਖੜੀਆਂ ਨੇ ਅੰਦਰ ਬੈੱਡ ਨਹੀਂ ਜੀ ਹਸਪਤਾਲ ਦੇ ਵਿੱਚ ਤੇ ਹਸਪਤਾਲ ਦੇ ਬਾਹਰ 50 ਐਂਬੂਲੈਂਸਾਂ ਨੇ ਤੇ ਐਂਬੂਲੈਂਸਾਂ 'ਚ ਪਹਿਲੇ ਮਰੀਜ਼ਾਂ ਨੂੰ ਆਕਸੀਜਨ ਦੇ ਸਿਲੰਡਰ ਲਾਏ ਜਾ ਰਹੇ ਆ ਜੇ ਪ੍ਰਧਾਨ ਮੰਤਰੀ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਮੇਰੇ ਆਪਣੇ ਗੁਜਰਾਤ ਚ ਕੀ ਹੋ ਗਿਆ ਉਹਨੂੰ ਇਹ ਦੀ ਪਤਾ ਲੱਗਦਾ ਕਿ ਵਾਰਾਨਸੀ ਮੇਰੇ ਹਲਕੇ ਚ ਕੀ ਹੋ ਗਿਆ ਕੱਲ ਨੂੰ ਵਾਰਾਨਸੀ ਚ ਪ੍ਰਧਾਨ ਮੰਤਰੀ ਦੇ ਹਲਕੇ ਵਾਸਤੇ ਆਕਸੀਜਨ ਦੀ ਸਪਲਾਈ ਅੱਗੇ ਪਿੱਛੇ ਪੁਲਿਸ ਦੀਆਂ ਗੱਡੀਆਂ ਲਾ ਕੇ ਭੇਜੀ ਗਈ ਆ ਕਿ ਬਾਕੀ ਸਭ ਥਾਵਾਂ ਤੇ ਵੀ ਤੁਸੀਂ ਇਸ ਤਰ੍ਹਾਂ ਭੇਜੋਗੇ ਜੀ ਇਹ ਸਾਰਾ ਕੁਝ ਜਿਹੜੀ ਰਾਜਨੀਤੀ ਹੋ ਰਹੀ ਆ ਘਟੋ ਘਟ ਐਸ ਮੋਕੇ ਰਾਜਨੀਤੀ ਛੱਡ ਦੇਣੀ ਚਾਹੀਦੀ ਬਿਲਕੁਲ ਸਿਵਾ ਜਾ ਕੇ ਸਿਆਸਤ ਚੰਗੀ ਨਹੀਂ ਲੱਗਦੀ ਇਹ ਸਿਆਸਤ ਦੇ ਪਰੌਂਠੇ ਸਾਰੀਆਂ ਪਾਰਟੀਆਂ ਕਿਤੇ ਹੋਰ ਤੋਂ ਸਿੱਖ ਲੈਣ ਇਸ ਮੌਕੇ ਤੇ ਜਦੋਂ ਕਰੋਨਾ ਦਾ ਮਾਮਲਾ ਇਹਦੇ ਵਿੱਚ ਸਿਆਸਤ ਨਾ ਕਰਨ ਸਾਰੀਆਂ ਪਾਰਟੀਆਂ ਸਹਿਯੋਗ ਕਰਨ ਤੇ ਓ ਜਿਆਦਾ ਚੰਗਾ ਹੋਵੇਗਾ ਗੱਲ ਤਾਂ ਸਹੀ ਹੈ ਸਿਆਸੀ ਰੋਟੀਆਂ ਹੁਣ ਛੱਡਣੀਆਂ ਚਾਹੀਦੀ ਆਪਾਂ ਨੂੰ ਸਭ ਯੂਕੇ ਦੀ ਗੱਲ ਕੀਤੀ ਹੈ ਉਹਨਾਂ ਨੇ ਉਡਾਨਾਂ ਤੇ ਪਾਬੰਦੀ ਲਗਾਤੀ ਹੈ ਭਾਰਤੀ ਉਡਾਨਾਂ ਐ ਸਿਰਫ ਜਾਂ ਫਿਰ ਉਧਰੋਂ ਵੀ ਜਿਹੜੀਆਂ ਆਉਣੀਆਂ ਉਹ ਵੀ ਬੰਦ ਐ ਸਾਰੀਆਂ ਬੰਦ ਐ ਜੀ ਜੇ ਉਧਰੋਂ ਆਉਗੋਗੇ ਤੇ ਵਾਪਸ ਨਾ ਜਾਓਗੇ ਹੂੰ ਇਸ ਕਰਕੇ ਉਧਰੋਂ ਆਉਣੀਆਂ ਵੀ ਬੰਦ ਐ ਜਾਣੀਆਂ ਵੀ ਬੰਦ ਐ ਕੱਲਾ ਉਹ ਨਹੀਂ ਕੈਨੇਡਾ ਨੇ ਅੱਜ ਬੰਦ ਕਰ ਦਿੱਤੀਆਂ ਨੇ ਜੀ ਸਿੰਗਾਪੁਰ ਨੇ ਕੱਲ ਬੰਦ ਕਰ ਦਿੱਤੀਆਂ ਸਨ ਆਸਟ੍ਰੇਲੀਆ ਨੇ ਬੰਦ ਕਰ ਦਿੱਤੀਆਂ ਯੂਏ ਯੂਨਾਈਟਿਡ ਅਰਬ ਅਮੀਰਾਤ ਉਹਨਾਂ ਨੇ ਬੰਦ ਕਰ ਦਿੱਤੇ ਉਹਨਾਂ ਨੇ ਐਲਾਨ ਕਰਤਾ ਜੀ ਓਮਾਨ ਨੇ ਬੰਦ ਕਰ ਦਿੱਤੀਆਂ ਨੇ ਇਜ਼ਰਾਈਲ ਨੇ ਬੰਦ ਕਰ ਦਿੱਤੀਆਂ ਨੇ ਕਈ ਦੇਸ਼ ਪਹਿਲਾਂ ਬੰਦ ਕਰ ਚੁੱਕੇ ਨੇ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਇਹ ਐਡਵਾਈਸ ਕਰੀ ਜਾਂਦੇ ਫਰਾਂਸ ਨੇ ਵੀ ਕਹਿਤਾ ਹਾਲਾਂਕਿ ਫਰਾਂਸ ਨੇ ਆਖਿਆ ਕਿ ਮੁਸ਼ਕਲ ਚ ਫਸੇ ਭਾਰਤ ਦੀ ਅਸੀਂ ਹਰ ਤਰ੍ਹਾਂ ਮਦਦ ਕਰਨ ਨੂੰ ਤਿਆਰ ਜੀ ਪਰ ਆਪਣੇ ਨਾਗਰਿਕਾਂ ਨੂੰ ਉਹ ਵੀ ਕਹਿੰਦੇ ਉਧਰ ਨਾ ਜਾਓ ਜਦੋਂ ਸਾਡੀ ਹਾਲਤ ਖਰਾਬ ਹੈ ਤਾਂ ਕਿਉਂ ਨਾ ਕਰਨਗੇ ਸਿੰਗਾਪੁਰ ਵਾਲਿਆਂ ਨੇ ਪਰਸੋਂ ਫਲਾਈਟਾਂ ਉਦੋਂ ਬੰਦ ਕੀਤੀਆਂ ਜਦੋਂ ਇੱਥੋਂ ਫਲਾਈਟ ਗਈ ਤੇ ਉਹਦੇ ਵਿੱਚ ਕਈ ਲੋਕ ਕਰੋਨਾ ਪੋਜ਼ਿਟਿਵ ਹੋ ਗਏ ਹੂੰ ਜੀ ਜੇ ਇੱਥੋਂ 188 ਪੈਸੇਂਜਰ ਜਾਣ ਤੇ ਹਾਂਗਕਾਂਗ ਜਾਣ ਤੋਂ ਪਹਿਲਾਂ ਇੱਥੋਂ ਨਾਲ ਸਾਰਿਆਂ ਦੇ ਨੈਗੇਟਿਵ ਸਰਟੀਫਿਕੇਟ ਹੋਣ ਤੇ ਉੱਥੇ ਜਾਂਦੇ ਆ ਚੈੱਕ ਕੀਤੇ ਆ ਜੀ 188 ਚੋਂ 49 ਜਣੇ ਤੀਜੇ ਹਿੱਸੇ ਤੋਂ ਥੋੜਾ ਜਿਹਾ ਘਟ ਤੇ ਚੌਥੇ ਹਿੱਸੇ ਦੇ ਨੇੜੇ ਪਹੁੰਚ ਜਾਂਦਾ ਉਹ ਜਿਹੜੇ ਨੇ ਉਹ ਉਹ ਚੌਥੇ ਹਫ਼ਤੇ ਵਿੱਚ ਵੱਧ ਜਾਂਦਾ ਉਹ ਉੱਥੇ ਜਾ ਕੇ ਪੋਜ਼ਿਟਿਵ ਨਿਕਲਾਉਣ ਤੇ ਫਲਾਈਟਾਂ ਕਿਉਂ ਨਾ ਰੋਕਣਗੇ ਜੀ ਸਿੰਗਾਪੁਰ ਵਾਲਿਆਂ ਨੇ ਪਰਸੋਂ ਉਹਦੋਂ ਕੀਤੀ ਜਦੋਂ ਭਾਰਤ ਵਿੱਚੋਂ ਗਏ ਮਸਾਫਰ ਜਿਹੜੇ ਸੀ ਉਹਨਾਂ ਚੋਂ ਇੰਡੀਆ ਦਾ ਡਬਲ ਮਿਊਟੈਂਟ ਮਿਲਿਆ ਉਹਨਾਂ ਆਖਣੇ ਇਹ ਤਾਂ ਤਬਾਈ ਬਚਾ ਦੋ ਰੋਕ ਦਿਓ ਉਹਨਾਂ ਰੋਕ ਦਿੱਤੀਆਂ ਅਸੀਂ ਕਿਸੇ ਨੂੰ ਇਸ ਕੱਲ ਦਾ ਦੋਸ਼ ਨਾ ਦਈਏ ਕਿ ਸਾਡੇ ਵੱਲ ਆਉਂਦੀਆਂ ਫਲਾਈਟਾਂ ਰੋਕੀਆਂ ਨੇ ਸਾਡੀਆਂ ਇੱਥੋਂ ਗਈਆਂ ਫਲਾਈਟਾਂ ਰੋਕੀਆਂ ਨੇ ਜੀ ਇਹ ਉਹਨਾਂ ਨੂੰ ਦੋਸ਼ ਨਾ ਦਈਏ ਇੱਥੇ ਆਪਣੇ ਘਰ ਨੂੰ ਸੰਭਾਲੀਏ ਆ ਮੌਕਾ ਦੂਸਰਿਆਂ ਨੂੰ ਦੋਸਤ ਦੇਣ ਦਾ ਨਹੀਂ ਆਪਣਾ ਘਰ ਸੰਭਾਲਣ ਦਾ ਉਹਦੇ ਵਿੱਚ ਕਿਤਨੇ ਕਿਤੇ ਕੋਤਾਹੀ ਹੋਈ ਹੈ ਕੁਝ ਕਮੀਆਂ ਕਮਜ਼ੋਰੀਆਂ ਰਹੀਆਂ ਉਹ ਅੱਜ ਦੇ ਤਰੀਕ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਰਲ ਕੇ ਜਦੋਂ ਅਸੀਂ ਕਿਹਾ ਜੰਗ ਲੜ ਪਏ ਆ ਜਦੋਂ ਜੰਗ ਲੜਦੇ ਪਏ ਸੀ ਤੇ ਕਾਰਗਿਲ ਦੀ ਜੰਗ ਦੇ ਵਿੱਚ ਕਿਸੇ ਸਿਆਸੀ ਪਾਰਟੀ ਨੇ ਬਾਜਪੀ ਦੇ ਖਿਲਾਫ ਬੇਪਰੋਸਗੀ ਦਾ ਮਤਲਬ ਪਾਰਲੀਮੈਂਟ ਚ ਨਹੀਂ ਸੀ ਪੇਸ਼ ਕੀਤਾ ਉਹ ਉਦੋਂ ਤੋਂ ਬਾਅਦ ਕੀਤਾ ਸੀ ਪਹਿਲਾਂ ਜੰਗ ਤਾਂ ਲੜ ਲਓ ਜਦੋਂ ਬੰਗਲਾਦੇਸ਼ ਦੀ ਜੰਗ ਲੜਦੇ ਪਏ ਸੀ ਵਿਰੋਧੀ ਧਿਰ ਦੇ ਵਿੱਚ ਬਹੁਤ ਸੀਨੀਅਰ ਲੀਡਰ ਸੀ ਅਟਲ ਵਿਆਹ ਰੀਵਾਜਪਈ ਹਮੇਸ਼ਾ ਇੰਦਰਾ ਗਾਂਧੀ ਦੇ ਖਿਲਾਫ ਬੋਲਦਾ ਸੀ ਜੀ ਪਰ ਉਸ ਦਿਨ ਉਹਨੇ ਆ ਕੇ ਆਖਿਆ ਸੀ ਇੰਦਰਾ ਨਹੀਂ ਅੱਜ ਦੇ ਤਰੀਕ ਵਿੱਚ ਇਹ ਭਾਰਤ ਦੀ ਦੁਰਗਾ ਹੈ ਇਹ ਜੋ ਵੀ ਕਰਦੀ ਹੈ ਸਾਰਾ ਦੇਸ਼ ਇਹਦੇ ਨਾਲ ਅਸੀਂ ਇਹਦੇ ਨਾਲ ਖੜੇ ਹਾਂ ਨਾਲ ਖੜੇ ਹਾਂ ਜਦੋਂ 65 ਦੀ جنگ ਲੱਗੀ ਆ ਪਾਕਿਸਤਾਨ ਨਾਲ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਨੇ ਮਰਨੁ ਵਰਤ ਰੱਖਿਆ ਹੋਇਆ ਸੀ ਜਦੋਂ جنگ ਲੱਗੀ ਤੇ ਉਹਨੇ ਉਸੇ ਵੜੇ ਆਖਿਆ ਕਿ ਦੇਸ਼ ਦਾ ਧਿਆਨ ਦੋ ਪਾਸਿਆਂ ਵੰਡਿਆ ਜਾਵੇ ਮੈਂ ਮਰਨੁ ਵਰਤ ਛੱਡ ਦਿਆਂਗਾ ਕਿਉਂਕਿ ਆਸ ਸਾਡੇ ਦੇਸ਼ ਜਿਹੜਾ ਸਭ ਤੋਂ ਪਹਿਲਾਂ ਜਦੋਂ ਅਸੀਂ ਜੰਗ ਲੜਦੇ ਪਏ ਆ ਇਸ ਮੌਕੇ ਤੇ ਸਿਆਸੀ ਚਾਤਦਾਰੀ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਦੂਸਰੇ ਦੇ ਖਿਲਾਫ ਛੱਡ ਦੇਣੀ ਚਾਹੀਦੀ ਆ ਹਾਂ ਬਾਕੀ ਮਸਲੇ ਜਿਹੜੇ ਆ ਉਹਨਾਂ ਨੂੰ ਛੱਡ ਕੇ ਸਿਰਫ ਕਰੋਨਾ ਦੇ ਮਾਮਲੇ 'ਚ ਕੁਝ ਤੁਸੀਂ ਸਪੋਰਟ ਕਰੋ ਕੁਝ ਉਹਨਾਂ ਨੂੰ ਕਹੋ ਜਿੱਥੇ ਕਿਤੇ ਕਮੀ ਕਮਜ਼ੋਰੀ ਆ ਉਹਨਾਂ ਨੂੰ ਰਲ ਮਿਲ ਕੇ ਦੂਰ ਕਰਨ ਦਾ ਯਤਨ ਕਰੋ ਸਿਆਸੀ ਮਾਮਲਿਆਂ ਨੂੰ ਵੱਖਰੇ ਤੌਰ ਤੇ ਉਹ ਜਾਣਵਰੀ ਕਰਨੇ ਕਰਦੇ ਰਹੋ ਪਰ ਇਹਦੇ 'ਚ ਘੱਟੋ ਘੱਟ ਕਰੋਨਾ ਵਾਇਰਸ ਦੇ ਖਿਲਾਫ ਜੰਗ ਵਿੱਚ ਇਦੇ ਵਿੱਚ ਇੱਕ ਆਵਾਜ਼ ਹੋਣੀ ਚਾਹੀਦੀ ਹੈ ਇੱਕ ਮੁੱਠ ਤਾਂ ਦਿਸਣੀ ਚਾਹੀਦੀ ਹੈ ਨਹੀਂ ਤਾਂ ਨੁਕਸਾਨ ਹੋਵੇਗਾ ਜੀ ਪਰ ਸਰ ਜੰਗ ਇੱਕ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਵੀ ਛੇੜੀ ਪਈ ਔਰ ਟਵਿੱਟਰ ਤੇ ਚੱਲਦੀ ਪਈ ਆ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਇਹ ਲੀਗਲ ਟੀਮ ਤਾਂ ਕੁਝ ਕਰ ਨਹੀਂ ਰਹੀ ਇਹਨਾਂ ਦਾ ਬਹੁਤਾ ਦੋਸ਼ ਵੀ ਨਹੀਂਗਾ ਇਹਦੇ ਪਿੱਛੇ ਕੋਈ ਬੈਠਾ ਹੈ ਇਹ ਕਿਹਦੇ ਆਲੂ ਇਸ਼ਾਰੇ ਜਾਂਦੇ ਤਾਂ ਕੀ ਸੰਕੇਤ ਦਿੰਦੇ ਨਵੇਂ ਇਸ਼ਾਰੇ ਸਿੱਧੇ ਤੌਰ ਤੇ ਕੈਪਟਨ ਅਵਰਿੰਦਰ ਸਿੰਘ ਵੱਲ ਆ ਪੰਜਾਬ ਦੇ ਮੁੱਖ ਮੰਤਰੀ ਵੱਲ ਜੀ ਉਹਨੇ ਵੀ ਆਖਿਆ ਕਿ ਗ੍ਰਹਿ ਮੰਤਰੀ ਦਾ ਕਸੂਰ ਹੈ ਉਹ ਗ੍ਰਹਿ ਮੰਤਰੀ ਨੇ ਵੇਖਣਾ ਸੀ ਜੀ ਗ੍ਰਹਿ ਮੰਤਰੀ ਵੀ ਮੁੱਖ ਮੰਤਰੀ ਖੁਦ ਜੀ ਉਹ ਕੈਪਟਨ ਅਵਰਿੰਦਰ ਪਹਿਨਾ ਨਵਜੋਤ ਸਿੰਘ ਸਿੱਧੂ ਬੜੇ ਚਿਰ ਤੋਂ ਕਰਦਾ ਆ ਰਿਹਾ 2019 ਦੀਆਂ ਚੋਣਾਂ 'ਚ ਜਦੋਂ ਉਹਨੇ ਆਖਿਆ ਸੀ ਮਿਲ ਕੇ ਚੋਣਾਂ ਲੜਦੇ ਪਏ ਆ ਅਖੀਰਲੀ ਰੈਲੀ 'ਚ ਲੰਬੀ 'ਚ ਜਾ ਕੇ ਆਖਿਆ ਸੀ ਉਦੋਂ ਤੋਂ ਲੈ ਕੇ ਦੋਵਾਂ ਦਾ ਟਕਰਾ ਚੱਲਦਾ ਹੁਣ ਇਸ਼ਾਰਿਆਂ ਤੋਂ ਐਸ ਵਾਰੀ ਉਹਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਪੰਜਾਬ ਦੇ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਉਹਨੂੰ ਵੀ ਪਤਾ ਕਿ ਕੌਣ ਹੈ ਮੁੱਖ ਮੰਤਰੀ ਖੋਦਿਆ ਅਗਲੀ ਵਾਰੀ ਉਹ ਮੁੱਖ ਮੰਤਰੀ ਜਾਂ ਕੈਪਟਨ ਅਮਰਿੰਦਰ ਸਿੰਘ ਲਖਬੀ ਵਰਤ ਸਕਦਾ ਉਹ ਕਿਉਂਕਿ ਮਸਲਾ ਹੀ ਇਸ ਤਰ੍ਹਾਂ ਦਾ ਆ ਗਿਆ ਜਿਹੜਾ ਕੋਟਕਪੂਰੇ ਵਾਲਾ ਉਹਦੇ ਚ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਤੋਂ ਬਾਅਦ ਹਰ ਕੋਈ ਏਦਾਂ ਦੇ ਮੁੱਦੇ ਉਠਾਉਂਦਾ ਪਿਆ ਲੀਗਲ ਟੀਮ ਦੇ ਉੱਤੇ ਮੁੱਦੇ ਉੱਠਦੇ ਪਏ ਨੇ ਕਹਿੰਦਾ ਐਡਵੋਕੇਟ ਜਨਰਲ ਨਹੀਂ ਐਡਵੋਕੇਟ ਜਨਰਲ ਜਦੋਂ ਇਸ ਤਰ੍ਹਾਂ ਦੀ ਕੋਤਾਈ ਕਰ ਰਿਹਾ ਸੀ ਜਦੋਂ ਅਦਾਲਤਾਂ 'ਚ ਪੇਸ਼ ਤੁਸੀਂ ਹੁੰਦਾ ਪਿਆ ਤੇ ਉਹਦੀ ਕਿਸੇ ਨੂੰ ਵਾਅ ਖਿੱਚਣੀ ਚਾਹੀਦੀ ਸੀ ਖਾਸ ਕਰਕੇ ਜਦੋਂ ਪਿਛਲੇ ਸਾਲ ਇੱਕ ਮੀਟਿੰਗ ਮੁੱਖ ਮੰਤਰੀ ਨੇ ਸੱਦੀ ਉਹਦੇ ਵਿੱਚ ਮੰਤਰੀ ਵੀ ਬੈਠੇ ਸਨ ਵਿਧਾਇਕ ਵੀ ਬੈਠੇ ਸਨ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਰਿਆਂ ਦੀ ਹਾਜ਼ਰੀ 'ਚ ਐਡਵੋਕੇਟ ਜਨਰਲ ਦੀ ਬਹੁਤ ਲਾਹ ਪਾਕ ਕੀਤੀ ਸੀ ਤੇ ਉਹਦੇ ਤੋਂ ਬਾਅਦ ਹੀ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਕਿ ਐਡਵੋਕੇਟ ਜਨਰਲ ਦੀ ਖਚਾਈ ਕਰ ਦੇ ਨਹੀਂ ਕੰਮ ਕਰਦਾ ਉਹਨੂੰ ਬਦਲ ਦਿੰਦੇ ਪਾਸੇ ਕਰ ਦਿੰਦੇ ਉਹਨੂੰ ਕੋਈ ਹੋਰ ਲੈ ਆਉਂਦੇ ਕੋਈ ਉਹਦੇ ਨਾਲ ਸਾਰਾ ਕੁਝ ਬਦਲ ਆਂ ਗਿਆ ਉਹਨੂੰ ਪਾਸੇ ਕਰ ਦਿੰਦੇ ਹੁਣ ਨਵਜੋਤ ਸਿੰਘ ਸਿੱਧੂ ਜਿਹੋ ਜੇ ਮੁੱਦੇ ਉਠਾਉਂਦਾ ਤੇ ਮੁੱਦੇ ਉਠਾਉਣ ਦਾ ਮੌਕਾ ਉਹ ਜਿਹੜੀ ਐਸ ਵੇਲੇ ਸਰਕਾਰ ਚਲਾ ਰਹੀ ਟੀਮ ਹੈ ਉਹਨਾਂ ਦਿੱਤਾ ਇਹਨਾਂ ਨੂੰ ਇਹ ਮੌਕਾ ਦੇਣਾ ਨਹੀਂ ਸੀ ਚਾਹੀਦਾ ਪਿਛਲੇ ਸਮੇਂ ਦੇ ਹੁਣ ਵੀ ਜਿਸ ਦਿਨ ਦੀ ਗੱਲ ਹੋ ਰਹੀ ਆ ਮੈਨੂੰ ਨਹੀਂ ਪਤਾ ਜੱਜ ਸਾਹਿਬ ਅਜੇ ਤੱਕ ਫੈਸਲਾ ਕਿਉਂ ਨਹੀਂ ਲਿਖ ਰਿਹਾ ਅਦਾਲਤ ਦਾ ਮਾਮਲਾ ਮੈਂ ਬਹੁਤੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਜਿਉਂ-ਜਿਉਂ ਫੈਸਲਾ ਲੇਟ ਹੁੰਦਾ ਪਿਆ ਲੋਕਾਂ ਦੇ ਮਨ 'ਚ ਕਈ ਕਿਸਮ ਦੇ ਵਿਸਮਸੇ ਆ ਕਿ ਜੱਜ ਸਾਹਿਬ ਅਜੇ ਤੱਕ ਫੈਸਲਾ ਕਿਉਂ ਨਹੀਂ ਦੇ ਰਹੇ ਦਿੱਤੀ ਫੈਸਲਾ ਹੋਣਾ ਚਾਹੀਦਾ ਸਾਹਮਣੇ ਇੰਨੇ ਦਿਨ ਕਿਉਂ ਲੱਗ ਗਏ ਲੋਕ ਮੁਰਮੁਰ ਪੁੱਛਦੇ ਆ ਲੋਕਾਂ ਦੇ ਮਨ 'ਚ ਸ਼ੱਕ ਨਾ ਪੈਦਾ ਹੋਣ ਇਸ ਕਰਕੇ ਕਰਨੇ ਚਾਹੀਦੇ ਆ ਫੈਸਲੇ ਵੇਲੇ ਸਿਰ ਹੋਣੇ ਚਾਹੀਦੇ ਪਰ ਉਹ ਲੀਗਲ ਮਾਮਲਾ ਤੇ ਜੱਜ ਸਾਹਿਬ ਨੂੰ ਪਤਾ ਹੋ ਸਾਨੂੰ ਪਤਾ ਨਹੀਂ ਪਰ ਇਹਦੇ ਨਾਲ ਕਿਉਂਕਿ ਲੋਕਾਂ 'ਚ ਭਰਮਣਾ ਫੈਲੇ ਇਹੋ ਜੇ ਕੰਮ ਜਲਦੀ ਹੋ ਜਾਣ ਤੇ ਚੰਗਾ ਹੁੰਦੇ ਆ ਸਰਕਾਰ ਵੀ ਹੱਥ ਤੇ ਧਰ ਕੇ ਬੈਠੀ ਐ ਫੇਰ ਮੁੜ ਕੇ ਟਾਈਮ ਕੋਈ ਨਹੀਂ ਰਹਿ ਜਣਾ 11 ਮਹੀਨੇ ਤੇ ਚੋਣਾਂ 'ਚ ਰਹਿ ਗਏ ਹੁਣ ਤਾਂ 11 ਤੋਂ ਵੀ ਘੱਟ ਨੇ 10.5 ਰਹਿ ਗਏ ਆ ਤੇ ਇਹ ਟਾਈਮ ਤੱਕਿਰਦਾ ਜਾ ਰਿਹਾ ਸਰਕਾਰ ਨੂੰ ਅਗਲੀ ਤਿਆਰੀ ਵੀ ਆਪਣੇ ਸਾਥ ਤੇ ਕਰਨੀ ਚਾਹੀਦੀ ਐ ਜੋ ਨਵਜੋਤ ਸਿੰਘ ਸਿੱਧੂ ਕਹਿੰਦਾ ਉਹਦੀ ਗੱਲ ਕੋਈ ਮੰਨੇ ਜਾਂ ਨਾ ਮੰਨੇ ਸਰਕਾਰ ਨੂੰ ਆਪਣਾ ਕੰਮ ਤਾਂ ਫੇਰ ਵੀ ਕਰਨਾ ਹੀ ਪੈਣਾ ਨਾ ਉਹ ਕਰਕੇ ਵਿਖਾ ਦੇਣਾ ਥੋੜੀ ਦੇਰ ਬਾਅਦ ਪਉંਸਾ ਵਿੱਚ ਚੋਣ ਜਾਬਤਾ ਲੱਗ ਜਾਣਾ ਫਿਰ ਬਾਅਦ ਅਗਲੀ ਸਰਕਾਰ ਤੇ ਨਾ ਸਿਰਫ ਸਾਰਾ ਚੋਣ ਜਾਬਤਾ ਨਹੀਂ ਲੱਗਦਾ ਚੋਣ ਜਾਬਤਾ ਤਾਂ ਨਵੇਂ ਸਾਲ ਦੇ ਵਿੱਚ ਜਾ ਕੇ ਫਰਵਰੀ ਚ ਲੱਗੇਗਾ ਫਰਵਰੀ ਤੋਂ ਪਹਿਲਾਂ ਨਹੀਂ ਪਰ ਉਹਦਾ ਉਹਦਾ ਜਦੋਂ 4 ਮਹੀਨੇ ਰਹਿ ਗਏ 6 ਮਹੀਨੇ ਰਹਿ ਗਏ ਅਫਸਰਾਂ ਨੇ ਇਸ ਸਰਕਾਰ ਦਾ ਕੰਮ ਇਹਦਾ ਕਿਹਾ ਮਰਨਾ ਬੰਦ ਕਰ ਦੇਣਾ ਹੁੰਦਾ ਉਹ ਫਿਰ ਵੇਖਣ ਲੱਗ ਪੈਦੇ ਕੱਲ ਨੂੰ ਕੋ ਨਵੀਂ ਸਰਕਾਰ ਨਾਲ ਅਜ ਉਹਦੇ ਤੋਂ ਪਹਿਲਾਂ ਪਹਿਲਾਂ ਇਹ ਕੰਮ ਇਹਨਾਂ ਨੂੰ ਕਰਨੇ ਪੈਣਗੇ ਮਾਮਲਾ ਇੱਕ ਹੋਰ ਹੈ ਜੀ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਸੀਗੇ ਉਹ ਗਾਇਬ ਹੋਏ ਸੀਗੇ ਹੁਣ ਅੰਤਰੀਮ ਕਮੇਟੀ ਵਿੱਚ ਇੱਕ ਵਾਰ ਫਿਰ ਉਹਨਾਂ ਦਾ ਮੁੱਦਾ ਉੱਠਿਆ ਹੈ ਇਹਦੇ ਉੱਪਰ ਵੀ ਅਜੇ ਤੱਕ ਕੋਈ ਫੈਸਲਾ ਆ ਰਿਹਾ ਦੇਖੋ ਇਹ ਅਕਾਲੀ ਦਲ ਦੇ ਵਿੱਚ ਪਤਾ ਨਹੀਂ ਕਿਉਂ ਅੰਦਰੇ-ਅੰਦਰ ਰੋਸ ਪੈਦਾ ਹੋ ਰਿਹਾ ਜੀ ਉਹਨਾਂ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਉਹਨਾਂ ਦੋਵਾਂ ਦਾ ਹੀ ਸੁਭਾਜ ਜਿੱਦਾਂ ਦਾ ਹਰ ਗੱਲ ਨੂੰ ਤਲਕਾਉਂਦੇ ਆ ਆਪਣੇ ਬੰਦਿਆ ਤੋਂ ਇਂਦਰ-ਉਂਦਰੋ ਬਿਆਨ ਦਿਵਾਉਂਦੇ ਆ ਪਰ ਮੁੱਖ ਮੁੱਦਿਆਂ ਤੇ ਆਉਂਦੇ ਨਹੀਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਨਹੀਂ ਮੈਂਬਰਾਂ ਵਿੱਚੋਂ ਜਿਹੜੀ ਐਗਜ਼ੀਕਟਿਵ ਚੁਣੀ ਆ ਉਹਦੇ ਇੱਕ ਮੈਂਬਰ ਨੇ ਆਖਿਆ ਕੰਨ ਜੀ ਇਹ ਕਹਿੰਦੇ ਸੀ 328 ਰੂਪ ਜਿਹੜੇ ਆ ਉਹਨਾਂ ਦਾ ਮਸਲਾ ਹੱਲ ਕਰਾਂਗੇ ਜੀ ਉਤੋਂ ਬਾਅਦ ਤਿੰਨ ਮੀਟਿੰਗਾਂ ਹੋ ਗਈਆਂ ਅਜੇ ਤੱਕ ਦੱਸਦੇ ਨਹੀਂ ਕਿ ਉਹ ਗਏ ਕਿੱਥੇ ਆ ਉਹ ਕਹਿੰਦਾ ਇਹ ਕਹਿੰਦੇ ਸੀ ਸਹੀ ਥਾਂ ਤੇ ਪਹੁੰਚ ਗਏ ਜੇ ਸਹੀ ਥਾਂ ਤੇ ਪਹੁੰਚ ਗਏ ਤੇ ਉਹ ਸਹੀ ਥਾਂ ਕਿਹੜੀ ਆ ਸਾਨੂੰ ਪਤਾ ਤਾਂ ਲੱਗ ਜਾਏ 328 ਨੇ ਕੋਈ ਦੋ ਚਾਰ ਦਾ ਨਾਮ ਵੀ ਪਤਾ ਲੱਗੇ ਬਾਅਦ ਦੀ ਗੱਲ ਆ ਪਰ ਇਹ ਸਾਰੇ ਕਿੱਥੇ ਚਲੇ ਗਏ ਅਕਾਲ ਤਖਤ ਸਾਹਿਬ ਦੇ ਜਹੇਦਾਰ ਤੋਂ ਇੱਕ ਨੇ ਭਾਸ਼ਣ ਕਰਵਾ ਦਿੱਤਾ ਸੀ ਔਰ ਭਾਸ਼ਣ ਵੀ ਜਹੇਦਾਰ ਸਾਹਿਬ ਨੇ ਬਹੁਤ ਚੜ੍ਹ ਕੇ ਕੀਤਾ ਸੀ ਕਿ ਜਿਸ ਤਰ੍ਹਾਂ ਗੁਟਕੇ ਵੰਡੇ ਜਾਂਦੇ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵੰਡ ਦਿੱਤੇ ਸੀ ਉਹ ਉਹਦੇ ਤੋਂ ਬਾਅਦ ਰੋਸਦਾ ਹੈਗਾ ਉਹਨਾਂ 'ਚ ਉਹਦੇ ਨਾਲ ਇੱਕ ਹੋਰ ਐਗਜ਼ੀਕਟਿਵ ਮੈਂਬਰ ਨੇ ਦੂਜਾ ਸਵਾਲ ਉਠਾਤਾ ਕਹਿੰਦਾ ਪਿਛਲੇ ਸਾਲ ਜਦੋਂ ਸਰਕਾਰ ਨੂੰ ਆਖਿਆ ਗਿਆ ਕਿ ਤੁਸੀਂ 1984 ਦਾ ਸਾਡਾ ਖਜ਼ਾਨਾ ਸਾਡਾ ਜਿਹੜਾ ਇਤਿਹਾਸਿਕ ਗ੍ਰੰਥੀਓ ਸਾਰੇ ਮੋੜੋ ਤੇ ਉਹਨਾਂ ਪੁੱਛਿਆ ਵੀ ਤੁਹਾਡੇ ਕੋਲ ਕੀ ਕੁਛ ਹੈਗਾ ਤੇ ਕੀ ਤੁਹਾਡਾ ਗਿਆ ਕਹਿੰਦਾ ਉਸ ਤੋਂ ਬਾਅਦ ਪੁਰਾਣੇ ਅਕਾਲ ਤਖਤ ਸਾਹਿਬ ਦੇ ਸਾਰੇ ਜਹੇਦਾਰ ਸੱਦੇ ਗ ਜਿਹੜੇ ਸਿੱਖ ਇਤਿਹਾਸ ਸਰਸਰਚ ਬੋਰਡ ਦੇ ਪੁਰਾਣੇ ਮੁਖੀ ਸੀ ਉਹ ਸਾਰੇ ਸੱਜੇ ਇੱਕ ਕਮੇਟੀ ਬਣਾਈ ਕਹਿੰਦੇ ਜੀ ਉਹ ਜੁਲਾਈ ਦੀ ਬਣੀ ਹੋਈ ਆ ਤੇ ਹੁਣ ਤੱਕ ਉਹਦੀਆਂ ਮੀਟਿੰਗਾਂ ਵੀ ਹੁੰਦੀਆਂ ਕਿ ਨਹੀਂ ਹੁੰਦੀਆਂ ਕੋਈ ਪਤਾ ਹੀ ਨਹੀਂ ਕਿਸੇ ਨੂੰ ਲੱਗਦਾ ਪਿਆ ਉਹ ਵੀ ਮੁੱਦਾ ਠੱਪ ਦਿੱਤਾ ਗਿਆ ਇਹਦਾ ਮਤਲਬ ਉਦੋਂ ਅਕਾਲ ਤਖਤ ਸਾਹਿਬ ਦੇ ਸਾਬਕਾ ਜ਼ਹਿਦਰ ਗਿਆਨੀ ਜਗENDER ਸਿੰਘ ਵਿਧਾਤੀ ਨੇ ਜਿਹੜੀ ਗੱਲ ਆਖੀ ਸੀ ਕਿ ਕਮੇਟੀ ਦਾ ਮਤਲਬ ਹੁੰਦਾ ਕੰਮ ਮਿੱਟੀ ਮਿੱਟੀ ਪਾਤੀ ਗਈ ਹੈ ਇਹ ਮੁੱਦਾ ਵੀ ਹੈ ਇਹਦੇ ਨਾਲ ਨਾਲ ਇੱਕ ਉਹ ਤੀਸਰਾ ਮੁੱਦਾ ਸ਼੍ਰੋਮਣੀ ਕਮੇਟੀ ਦੀ ਇੱਕ ਹੋਰ ਮੈਂਬਰ ਨੇ ਉਠਾ ਦਿੱਤਾ ਕਹਿੰਦਾ ਜੀ ਜਦੋਂ ਪ੍ਰਧਾਨ ਦੀ ਚੋਣ ਰੱਖੀ ਜਾਵੇ ਸ਼੍ਰੋਮਣੀ ਕਮੇਟੀ ਦੀ ਤੇ ਬਾਕੀ ਚੋਣਾ ਵਾਂਗ ਉੱਥੇ ਵੀ ਚੋਣ ਜਾਬਤਾ ਲਾਗੂ ਹੋ ਜਾਂਦਾ ਉਸ ਚੋਣ ਜਾਬਤੇ 'ਚ ਇਹ ਹੁੰਦਾ ਕਿ ਇੰਨੇ ਦਿਨਾਂ 'ਚ ਪ੍ਰਧਾਨ ਨਿਜਮਾ ਤੋਂ ਬਾਹਰ ਜਾ ਕੇ ਆਪਣੀ ਜਿਹੜੀ ਅਖਤਿਆਰੀ ਪਾਵਰ ਜਿਹੜੀ ਡਿਸਕ੍ਰੈਸ਼ਨਰੀ ਪਾਵਰ ਉਹ ਵਰਤ ਕੇ ਕੋਈ ਇਹੋ ਜਿਹਾ ਕੰਮ ਕੋਈ ਨਿਯੁਕਤੀ ਕੋ ਦੂਸਰਾ ਕੰਮ ਨਹੀਂ ਕਰੂਗਾ ਕਹਿੰਦੇ ਜਦੋਂ ਇਹ ਐਲਾਨ ਹੋ ਗਿਆ ਸੀ ਕਿ ਫਲਾਣੀ ਤਰੀਕ ਨੂੰ ਪ੍ਰਧਾਨ ਦੀ ਚੋਣ ਹੈ ਤੇ ਗੋਬਿੰਦ ਸਿੰਘ ਲੋਂਗੋਵਾਲ ਨੂੰ ਪਤਾ ਲੱਗ ਗਿਆ ਚੋਣ ਹੈ ਉਹਦੇ ਤੋਂ ਪਹਿਲਾਂ ਉਹਨੇ ਕੋਈ ਨਿਯੁਕਤੀਆਂ ਕੀਤੀਆਂ ਮੈਨੂੰ ਨਹੀਂ ਪਤਾ ਕੀਤੀਆਂ ਕਿ ਨਹੀਂ ਕੀਤੀਆਂ ਪਰ ਉਹ ਸ਼੍ਰੋਮਣੀ ਕਮੇਟੀ ਮੈਂਬਰ ਕਹਿੰਦਾ ਪਿਆ ਕਿ ਉਹਨੇ ਉਸ ਵਕਤ ਨਿਯੁਕਤੀਆਂ ਕੀਤੀਆਂ ਜਦੋਂ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਕਿਉਂਕਿ ਪ੍ਰਧਾਨ ਦੀ ਚੋਣ ਦਾ ਐਲਾਨ ਹੋ ਚੁੱਕਾ ਸੀ ਜਿਉਂ ਨੇ ਕੀਤੀਆਂ ਨੇ ਤੇ ਬੀਬੀ ਜਗੀਰਕੌਰ ਹੁਣ ਪ੍ਰਧਾਨ ਆ ਇਸ ਗੱਲ ਦਾ ਫੈਸਲਾ ਕਰ ਲਵੇ ਕਿ ਉਹ ਠੀਕ ਕਰਕੇ ਗਿਆ ਕਿ ਗਲਤ ਕਰਕੇ ਗਿਆ ਅੱਗੇ ਵੀ ਇਹ ਵੇਖਿਆ ਕਿ ਜਿਹਦੇ ਹੱਥ ਵਿੱਚ ਕਮਾਨ ਆ ਜਾਂਦੀ ਹੈ ਮੌਕਾ ਮਿਲਦੇ ਸਾਰੀ ਸ਼੍ਰੋਮਣੀ ਕਮੇਟੀ ਦੇ ਵਿੱਚ ਨਿਯੁਕਤੀਆਂ ਖੁਦ ਬੀਬੀ ਜਗੀਰਕੌਰ ਦੇ ਉੱਤੇ ਜਦੋਂ ਪਿਛਲੀ ਵਾਰੀ ਇਹ ਪ੍ਰਧਾਨ ਬਣੀ ਹੈ ਤੇ ਦੋਸ਼ ਲੱਗਾ ਸੀ ਕਿ ਇਹਨੇ ਆਪਣੇ ਦੌਰ ਦੇ ਵਿੱਚ 3-400 ਬੰਦਿਆਂ ਦੀਆਂ ਇਹੋ ਜਿਹੀਆਂ ਨਿਯੁਕਤੀਆਂ ਕਰਤੀਆਂ ਜਿਨ੍ਹਾਂ ਦਾ ਮਤਲਬ ਕੋਈ ਨਹੀਂ ਸੀ ਉਹਨਾਂ ਦੇ ਵਿੱਚੋਂ ਬਹੁਤਾ ਕਰਕੇ ਆਪਣੇ ਹਲਕੇ 'ਚੋਂ ਵੋਟਾਂ ਪੱਕੀਆਂ ਕਰਨ ਦਾ ਕੰਮ ਕੀਤਾ ਗਿਆ ਸੀ ਉਹ ਦੋਸ਼ ਅਜੇ ਤੱਕ ਲੱਗਦੇ ਪਏ ਆ ਹੁਣ ਜੇ ਤੇ ਸਾਰਿਆਂ ਨੇ ਇੱਕ ਦੂਸਰੇ ਦੇ ਪਰਦੇ ਢੱਕਣੇ ਨੇ ਔਰ ਗੁਰੂ ਕੀ ਗੋਲਕ ਨੂੰ ਇਸ ਤਰ੍ਹਾਂ ਹੀ ਕੁੰਡੀਆਂ ਲੱਗਦੀਆਂ ਰਹਿਣੀਆਂ ਨੇ ਤੇ ਫਿਰ ਲੋਕੀ ਸਵਾਲ ਕਿਉਂ ਨਾ ਉਠਾਉਣਗੇ ਅੱਗੋਂ ਚੋਣਾਂ ਆ ਗਈਆਂ ਨੇ ਉਹਨਾਂ ਚੋਣਾਂ ਦੇ ਵਿੱਚ ਇਹ ਧਰਮ ਦਾ ਮੁੱਦਾ ਵੀ ਧਾਰਮਿਕ ਸਥਾਨਾਂ ਦਾ ਵੀ ਗੁਰੂ ਕੀ ਗੋਲਕ ਦਾ ਵੀ ਔਰ ਸਭ ਤੋਂ ਵੱਡੀ ਗੱਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਮੀ ਦਾ ਮੁੱਦਾ ਅੱਗੇ ਬਰਗਾੜੀ ਦਾ ਉੱਠਿਆ ਸੀ ਹੁਣ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਸਰੂਪ ਗਾਇਬ ਹੋਏ ਉਹਨਾਂ ਦਾ ਮੁੱਦਾ ਵੀ ਕੱਲ ਨੂੰ ਚਰਚਾ ਚਾਉਣਾ ਹੀ ਹੋਣਾ ਇਹਨਾਂ ਮੁੱਦਿਆਂ ਨੇ ਸਰਕਾਰਾਂ ਬਦਲੀਆਂ ਜੇ ਤਰਕਣ ਚਾਹੀਦਾ ਸਾਬ੍ਹ ਜੀ ਬਹੁਤ ਬਹੁਤ ਧੰਨਵਾਦ ਕਰਾਂ ਤੇ ਚਰਚਾ ਕਰਨ ਦੀ ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ